ਪੰਜਾਬ ਦੇ ਡੀਪੂ ਹੋਲਰਾਂ ਨੂੰ 3 ਸਾਲਾਂ ਤੋਂ ਸਰਕਾਰ ਵੱਲੋਂ ਕਮਿਸ਼ਨ ਨਾ ਮਿਲਣ ਕਰਕੇ ਡੀਪੂ ਹੋਲਰਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਦੀ ਵਾਅਦਾ ਖਿਲਾਫੀ ਤੋਂ ਖਫਾ ਹੋਏ ਜ਼ਿਲ੍ਹਾ ਰੂਪਨਗਰ ਦੇ ਸਮੂਹ ਡੀਪੂ ਹੋਲਰਾਂ ਦੇ ਸਰਕਾਰ ਦੀ ਆਟਾ ਦਾਲ ਸਕੀਮ ਦਾ ਬਾਈਕਾਟ ਕਰਦੇ ਹੋਏ ਜ਼ਿਲ੍ਹੇ ਵਿੱਚ ਕਣਕ ਦੀ ਵੰਡ ਕਰਨੋਂ ਸਾਫ਼ ਮਨ੍ਹਾ ਕਰ ਦਿੱਤਾ ਹੈ। ਸਰਕਾਰ ਤੋਂ ਖਫਾ ਡੀਪੂ ਹੋਲਰਾਂ ਨੇ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਇਕੱਠੇ ਹੋ ਕੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਰਨੇ ਤੇ 3 ਸਾਲ ਦਾ ਸਾਡਾ ਕਮਿਸ਼ਨ ਵੀ ਨਹੀਂ ਦਿੱਤਾ, ਇਹ ਕਹਿੰਦੇ ਤੇ ਤਨਖਾਹ ਲਾਉਂਗੇ, ਤਨਖਾਹ ਤਾਂ ਕਿਹਨਾਂ ਲਾਉਣੀਆਂ, ਹੁਣ ਕਣਕਾਂ ਸਭ ਤੋਂ ਫ੍ਰੀ ਕੰਮ ਕਰਾ ਰਹੇ ਆ। ਅਤੇ ਅਸੀਂ ਹੁਣ ਸਾਡੀ ਸਾਰਿਆਂ ਦੀ ਸਲਾਹ ਇਹੀ ਹੈ ਪੂਰੇ ਯੂਨੀਅਨ ਦੀ ਕਿ ਜਦ ਤੱਕ ਇਹ ਸਾਨੂੰ ਸਾਡਾ ਕਮਿਸ਼ਨ ਨਹੀਂ ਪਾਉਂਦੇ ਅਸੀਂ ਕਣਕ ਦੀ ਵੰਡ ਦਾ ਮੁਕੰਮਲ ਬਾਈਕਾਟ ਕੀਤਾ ਕਰਾਂਗੇ। ਅਤੇ ਉਦੋਂ ਬਾਅਦ ਸਾਨੂੰ ਤਨਖਾਹ ਲਾਉਣ ਵਾਸਤੇ ਜੰਗੀ ਪੱਧਰ 'ਤੇ ਅਸੀਂ ਪ੍ਰਦਰਸ਼ਨ ਆਪਣਾ ਜਾਰੀ ਰੱਖਾਂਗੇ। ਰੂਪਨਗਰ ਤੋਂ ਸੱਜਣ ਸੈਨੀ ਦੀ ਰਿਪੋਰਟ, ਚੈਨਲ 2।